नमस्कार, इस वक्त की बड़ी खबर आ रही है जलंधर से, जहां पर जलंधर के मशहूर रेस्टोरेंट पायरेट्स ऑफ ग्रिल में केक से कॉकरोच निकलने का मामला सामने आया है, जिसको लेकर युवक ने हंगामा कर दिया है। जलंधर शहर के गुरु नानक चौक के पास एक मशहूर रेस्टोरेंट से खरीदे गए केक से कॉकरोच निकलते ही हेल्थ डिपार्टमेंट की कारगुजारी भी सवालों के घेरे में आ गई है कि वह खाने पीने की चीज़ों को कितना चेक करते हैं, क्योंकि जब से ऑनलाइन डिलीवरी का सिस्टम शुरू हुआ है तो खाने पीने की क्वालिटी गिरती नजर आई है। जहां पर लुधियाना में बीते दिन ही होटल में कीड़ों वाला बेसन मिला था, वहीं आज जलंधर में कॉकरोच वाला केक मिला है। रेस्टोरेंट में जिला नवांशहर से युवक केक खरीदने पहुंचे थे। लड़कों ने जब केक खरीदा तो उसको चेक करने के लिए डिब्बा खोला तो केक के ऊपर ही कुछ हलचल दिखाई दी। गौर से देखा तो केक में से कॉकरोच निकल रहा था। युवकों ने उसी वक्त अपने मोबाइल फोन से केक से निकल रहे कॉकरोच की वीडियो बना ली। इसके बाद युवक दोबारा वापस रेस्टोरेंट में आए। उन्होंने रेस्टोरेंट के मालिक को सारी स्थिति से अवगत कराया, लेकिन पहले तो रेस्टोरेंट के मालिक इस बात को मानने को तैयार नहीं थे। लेकिन उनके यहाँ से गए केक से कॉकरोच निकला है, इसका वीडियो दिखाया तो सारी हवा टाइट हो गई। फिर वह युवकों को कहने लगे कि आपके सभी पैसे वापस कर देते हैं। इस पर नवांशहर से आए युवकों ने कहा कि सवाल पैसे वापस लेने का नहीं है, बल्कि लापरवाही का है। इस पर रेस्टोरेंट के मालिक ने फिर अपनी लापरवाही को मानने से इनकार करते हुए उसका एहसास करने की बजाय युवकों को यह कहना शुरू कर दिया कि कॉकरोच ही निकला है, अब क्या करें, अपना रेस्टोरेंट बंद कर दें। देखिए इस पूरी लापरवाही भरा वीडियो, जो कि अब सोशल मीडिया पर वायरल हो रहा है। इस वीडियो को देखकर कमेंट बॉक्स में जरूर बताएं कि आगे से आप इस रेस्टोरेंट में जाएंगे या किसी भी रेस्टोरेंट में जाते वक्त आप जरूर एक बार खाने की क्वालिटी को चेक कर लें। ਕੇਕ ਲਿਆ ਭਾਈ ਅਸੀਂ ਉੱਥੇ ਵਿੱਚ ਕੋਕਰੋਚ ਨਿਕਲਿਆ ਜੀ ਕੇਕ ਇੱਥੋਂ ਲਿਆ ਹਾਂਜੀ ਹਾਂਜੀ ਠੀਕ ਹੈ ਕੀ ਇੱਥੇ ਬਫੇ ਸਿਸਟਮ ਸੀ ਹਾਂਜੀ ਹਾਂਜੀ ਕਿੰਨੇ ਮੈਂਬਰ ਸੀ ਭਾਈ ਸਾਹਿਬ ਤਿੰਨ ਜਣੇ ਸੀਗੇ ਭਾਈ ਤਿੰਨ ਜਣੇ ਸਰ ਸਟਾਫ ਮੈਂਬਰ ਦਾ ਕੀ ਕਹਿਣਾ ਹਾਂ ਸਟਾਫ ਮੈਂਬਰ ਦੇ ਦੁਬਾਰਾ ਡਿਸਕਾਊਂਟ ਲੈ ਲਓ ਮੈਂ ਕਿਹਾ ਡਿਸਕਾਊਂਟ ਦੇ ਜਿੱਦਾਂ ਆਪਾਂ ਸਾਰੇ ਪੈ ਜਾਓ ਸਾਨੂੰ ਹੋਰ ਦੋ ਤੋਂ ਕੋਈ ਫਰਕ ਨਹੀਂ ਪੈਂਦਾ ਰੱਖਣਾ ਡਿਸਕਾਊਂਟ ਪਤਾ ਨਹੀਂ ਭਾਈ ਇਹਨਾਂ ਨੂੰ ਪਤਾ ਹੁੰਦਾ ਹੁਣ ਤਾਂ ਜੀ ਕੋਕਰੇਜ ਬਾਹਰ ਸੀਗਾ ਜਾਂ ਕੋਕਰੇਜ ਕੇਕ ਦੇ ਅੰਦਰ ਸੀਗਾ ਭਾਈ ਭਾਈ ਉੱਪਰ ਹੀ ਲੱਗਿਆ ਸੀਗਾ ਯਾਰ ਫਿਰ ਇਹ ਕੇਕ ਚੱਕ ਕੇ ਲਾ ਗਏ ਹੋ ਹਾਂਜੀ ਭਾਈ ਲਾ ਗਏ ਚੱਕ ਕੇ ਕੇਕ ਹਾਂਜੀ ਕੇਕ ਚੱਕ ਲੈ ਗਏ ਤੁਹਾਨੂੰ ਦਿਖਾਣੇ ਲਾਈਵ ਲਾਈਵ ਸ਼ੇਅਰ ਦੇਖ ਸਕਦੇ ਹੋ ਜਿਹੜਾ ਕੇਕ ਦੇ ਉੱਪਰ ਐਮ ਐਨ ਭੇਜਿਆ ਜਿਹੜਾ ਦੇਖ ਸਕਦੇ ਹੋ ਕੋਕਰੇਜ ਵੀ ਜਿਹੜਾ ਭਾਜੀ ਕਦੋਂ ਆਏ ਸੀ ਪਾਰਟੀ ਕਰਨ ਭਾਈ ਤੁਸੀਂ ਆਏ ਸੀਗੇ 12 ਵਜੇ ਵੀ ਠੀਕ ਹੈ ਤੇ ਕਦੋਂ ਤੁਹਾਡੇ ਵੱਲੋਂ ਕੇਕ ਜਿਹੜਾ ਆਰਡਰ ਕੀਤਾ ਗਿਆ ਭਾਈ ਆਪਾਂ ਬਾਅਦ ਵਿੱਚ ਫਿਨਿਸ਼ ਹੋ ਕੇ ਸਾਰੇ ਕੋਈ ਆਪਾਂ ਕੇਕ ਬਾਅਦ ਵਿੱਚ ਲਾਸਟ ਆਰਡਰ ਕੀਤਾ ਸਕਾ ਜੀ ਰੈਸਟੋਰੈਂਟ ਵਾਲਾ ਦਾ ਕਹਿਣਾ ਹੈ ਕਿ ਜਿਹੜਾ ਅਸੀਂ ਬਿੱਲ ਦੇ ਵਿੱਚ ਜਿਹੜੀ ਕਨਸੈਸ਼ਨ ਕਰ ਦਿੰਦੇ ਹਾਂ ਉਸ ਤੋਂ ਬਾਅਦ ਜਿਹੜਾ ਜਦੋਂ ਰੈਸਟੋਰੈਂਟ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਪ੍ਰੈਸਟੋਰੈਂਟ ਨਾਲ ਆਪਾਂ ਗੱਲ ਕੀਤੀ ਉਹ ਕਹਿੰਦੇ ਨਾ ਕਿ ਹਾਂ ਡਿਸਕਾਊਂਟ ਕਰਦੇ ਆ ਤਾਂ ਮੈਂ ਕਿਹਾ ਡਿਸਕਾਊਂਟ ਕਿਆ ਕਰਨਾ ਤੁਸੀਂ ਜਿੰਨੇ ਪੈਕਟ ਨੇ ਕੱਟੋ ਆਪ ਸਾਡਾ ਤੁਸੀਂ ਸਾਨੂੰ ਖਲਾਇਆ ਤਾਂ ਬਿੱਲ ਕੱਟੋ ਬਿੱਲ ਕਾਦਾ ਵਾ ਕੱਟਿਆ ਤੁਸੀਂ ਆਹੀ ਆ ਭਾਈ ਕਿੰਨੇ ਦਾ ਤੁਹਾਡਾ ਬਿੱਲ ਕਾਦਾ ਬਿੱਲ ਇਹ ਟੋਟਲ ਬਿੱਲ ਬਣਾਇਆ ਜਾਂ ਇਕੱਲਾ ਕੇਕ ਦਾ ਬਿੱਲ ਹੈ ਭਾਜੀ ਨਾ ਨਾ ਭਾਈ ਮਤਲਬ ਡਿਸਕਾਊਂਟ ਮਿਲਿਆ ਕਿ ਡਿਸਕਾਊਂਟ ਕਰਦੇ ਆ ਮੈਂ ਕਿਹਾ ਮੇਰੇ ਵੱਲ ਜਿੰਨੇ ਕੱਟ ਲਓ ਮੈਨੇਜਰ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਤੁਹਾਨੂੰ ਡਿਸਕਾਊਂਟ ਦੇ ਲਾਲਚ ਦੀ ਤਕੀਦ ਹੁੰਦੀ ਹੈ ਲਾਲਚ ਕਰਦੇ ਕਿ ਡਿਸਕਾਊਂਟ ਕਰਦੇ ਡਿਸਕਾਊਂਟ ਦਿੰਨੇ ਆ ਮੈਂ ਕਿਹਾ ਜਿੱਦ ਮੈਨੂੰ ਕਿਹਾ 100 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਜੇ ਸਾਰੇ ਜਣੇ ਸਕੇ ਮੈਂ ਕਿਹਾ ਏਟੀਐਮ ਲਓ ਭਾਈ ਜਿੰਨੇ ਕੱਟਨੇ ਕੱਟ ਲਓ ਨਾ ਤਾਂ ਟੋਟਲ ਬਿੱਲ ਕਿੰਨਾ ਆਇਆ ਸੀਗਾ ਤਾਂ ਟੋਟਲ ਵੀ ਸਾਡਾ ਸੀਗਾ 2600 ਰੁਪਏ ਤਾਂ ਉਹਨੇ ਰਸੀਦ ਕਿੰਨੇ ਦੀ ਦਿੱਤੀ ਹੈ 1500 ਕਿੰਨੇ ਜਣੇ ਸੀਗੇ ਜੀ 3 ਜਣੇ ਭਾਈ ਤੇ ਪਰ ਮੈਂਬਰ ਦਾ ਕੀ ਹਿਸਾਬ ਸੀਗਾ ਅਸੀਂ ਵੈਜ ਸੀ ਜਾਂ ਨੋਨ ਵੈਜ ਅਸੀਂ ਦੋ ਨੋਨ ਵੈਜ ਇੱਕ ਵੈਜ ਸੀ ਹਾਂਜੀ ਦੋ ਨੋਨ ਭਾਈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਟੋਟਲ ਦਾ ਬਿੱਲ ਬਣਿਆ ਸੀ 2600 ਰੁਪਇਆ ਹਾਂਜੀ ਤੇ ਰਸੀਦ ਤੁਹਾਨੂੰ 1500 ਦੀ ਦਿੱਤੀ ਹੈ ਹਾਂਜੀ ਭਾਈ ਬਾਕੀ ਹੁਣ ਡਿਸਕਾਊਂਟ ਹੈ ਜਾਂ ਆਪੇ ਬਾਕੀ ਜੋ ਕੋਕਰੇ ਨਿਕਲੇ ਉਸ ਤੋਂ ਬਾਅਦ ਲੈਸ ਕਰ ਦਿੱਤੀ ਗਈ ਸੀ ਹਾਂਜੀ ਖਾਣੇ ਦੇ ਵਿੱਚ ਕੋਕਰੋਚ ਨਿਕਲਣਾ ਕੋਈ ਅੱਛੀ ਗੱਲ ਆ ਤੁਸੀਂ ਆਪ ਦੱਸੋ ਅਗਰ ਤੁਸੀਂ ਕਿਤੇ ਰੈਸਟੋਰੈਂਟ ਤੋਂ ਨਿਕਲ ਆਇਆ ਤੇ ਦੱਸੋ ਕੋਈ ਆਪ ਚੁੱਕ ਕੇ ਥੋੜੀ ਪਾਇਆ ਸਰ ਮੇਨ ਚ ਪਿਆ ਤੁਹਾਡਾ ਮੇਨ ਕੋਰਸ ਟੇਬਲ ਤੇ ਜਦੋਂ ਆਇਆ ਉਹਦੇ ਵਿੱਚ ਪਿਆ ਸਾਹਮਣੇ ਉੱਪਰ ਪਿਆ ਹੋਇਆ ਤੁਹਾਨੂੰ ਮੈਂ ਵੀਡੀਓ ਦਿਖਾ ਦਿੰਦਾ ਸਾਡੇ ਕੋਲ ਵੀਡੀਓ ਹੈਗੀ ਹੈ ਇੰਨੀ ਅਨਗੇਲੀ ਸਟਾਫ ਲੋਕ ਕਦੋਂ ਜਦੋਂ ਵੇਟਰ ਸਰਵ ਕਰਦਾ ਟੇਬਲ ਦੇ ਉੱਤੇ ਉਹ ਵੀ ਦੇਖਦਾ ਕਿ ਹਾਂਜੀ ਮੇਰੀ ਡਿਸ਼ ਠੀਕ ਹੈ ਕਿ ਸਰਵ ਕਰਦੇ ਹੋਏ ਉੱਪਰ ਪਿਆ ਹੋਇਆ ਚਲੋ ਅੰਦਰ ਆਣਾ ਗੱਲ ਵੱਖਰੀ ਆ ਉੱਪਰ ਪਿਆ ਹੋਇਆ ਮੈਂ ਤੁਹਾਡੇ ਤੁਸੀਂ ਕਹਿਣਾ ਕਿ ਰੋਜ਼ ਰੋਜ਼ ਅਸੀਂ ਕੋਕਰੋਚ ਨਹੀਂ ਇੱਥੇ ਕਰ ਰਹੇ ਸਰਵ ਤੇ ਬਟ ਉੱਪਰ ਪਈ ਪੀਤਾ ਨਜ਼ਰ ਆਉਂਦੀ ਹੈ ਨਾ ਉੱਪਰ ਉੱਪਰ ਦੇਖਾ ਨਹੀਂ ਨਾ ਕਿਤਰਮ ਇਹ ਆਪ ਕੇਕ ਮੜਾ ਸਾਈਡ ਨੇ ਸਰ ਕੇਕ ਨੇ ਤੁਸੀਂ ਮੜਾ ਕੇਕ ਨੇ ਤੁਸੀਂ ਦੱਸ ਦੇ ਮੜਾ ਕੀ ਕੀ ਤੁਹਾਡੀ ਸਰਵਿਸ ਕੀ ਫੈਸਿਲਿਟੀ ਹੈ ਕੀ ਕੀ ਦੱਸਾਂ ਕੁਛ ਨਹੀਂ ਹੈ ਠੀਕ ਹੈ ਜੋ ਕੀਤਾ ਵਧੀਆ ਨਹੀਂ ਨਹੀਂ ਠੀਕ ਹੈ ਵਧੀਆ ਕਿ ਤੁਸੀਂ ਐਵੇਂ ਜ਼ਬਰਦਸਤੀ ਕਰੀ ਜਾ ਰਹੇ ਹੋਗੇ ਵੀ ਕੀ ਨਹੀਂ ਮੈਂ ਕੋਈ ਜ਼ਬਰਦਸਤੀ ਕਰ ਰਿਹਾ ਨਹੀਂ ਅੱਛਾ ਅਸੀਂ ਕੋਕਰੇਜ ਪਾਇਆ ਤੁਹਾਡੇ ਜਾਣ ਹੋਰ ਅਸੀਂ ਪਾਇਆ
ਤੇ ਹੋਰ ਕਿੰਨੇ ਪਾਇਆ ਅਸੀਂ ਪਾਇਆ ਜਾਣ ਕੇ ਤੁਹਾਡਾ ਰੈਸਟੋਰੈਂਟ ਦਾ ਨਾਮ ਰੈਸਟੋਰੈਂਟ ਕਿ ਆ ਗਿਆ ਉੱਥੇ ਕਿਸੇ ਗਲਤੀ ਨਾਲ ਇਹ ਥੋੜੀ ਹੋ ਗਿਆ ਕਿ ਉੱਥੇ ਚੁੱਕੇ ਅਸੀਂ ਕਾਕਰੋਚ ਬਣਨੇ ਪਏ ਯੂ ਆਰ ਨਾਟ ਰਿਸਪੋਨਸੀਬਲ ਔਨ ਦੈਟ ਨਹੀਂ ਵੀ ਆਰ ਰਿਸਪੋਨਸੀਬਲ ਬਟ ਟੂ ਸਮ ਐਕਸਟੈਂਟ ਨਾਟ ਟੂ ਐਕਸਟੈਂਟ ਠੀਕ ਹੈ ਕੀ ਦੱਸਾਂ ਕੁਛ ਨਹੀਂ ਹੈ ਠੀਕ ਹੈ ਜੋ ਕੀਤਾ ਵਧੀਆ ਜਬਰਦਸਤੀ